ਜਦੋਂ ਨਾ ਕਿਸੇ ਹੋਰ ਧਰਮ ਦੀ ਕੋਈ ਗੱਲ ਸੁਣਾ ਦੇਈਏ ਜਾਂ ਪਿਆਰੂ ਕਥਾ ਕਰ ਦੇਈਏ ਤੇ ਸਾਡੀ ਸੰਗਤ ਕਈ ਵਾਰੀ ਨਾਰਾਜ਼ ਹੋ ਜਾਂਦੀ ਹੈ, ਪਰ ਉਹ ਸੰਗਤ ਨਾਰਾਜ਼ ਹੁੰਦੀ ਜਿਹੜੇ ਬਹੁਤੇ ਜ਼ਿਆਦਾ ਵਿਦਵਾਨ ਬਣ ਜਾਂਦੇ ਨੇ। ਸੋ ਪਿਆਰਿਓ, ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਜਿਹੜੇ ਨੰਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 52 ਹੁਕਮਨਾਮੇ ਦਿੱਤੇ ਨੇ, ਉਹਨਾਂ ਵਿੱਚ ਇੱਕ ਹੁਕਮਨਾਮਾ ਇਹ ਵੀ ਹੈ ਕਿ ਗੁਰਸਿੱਖ ਨੇ ਹੋਰਨਾਂ ਮਤਾਂ ਦੇ ਭਾਵ ਹੋਰ ਜਿਹੜੇ ਧਰਮ ਨੇ ਉਹਨਾਂ ਦੇ ਗ੍ਰੰਥ ਪੜ੍ਹਨੇ ਨੇ, ਉਹਨਾਂ ਦੀਆਂ ਕਿਤਾਬਾਂ ਵੀ ਪੜ੍ਹਨੀਆਂ। ਇਹ ਨਹੀਂ ਕਿਹਾ ਕਿ ਨਹੀਂ ਪੜ੍ਹਨੀਆਂ, ਪੜ੍ਹਨੀਆਂ ਜ਼ਰੂਰ ਨੇ, ਪਰ ਭਰੋਸਾ ਅਤੇ ਦ੍ਰਿੜ ਵਿਸ਼ਵਾਸ ਜਿਹੜਾ ਹੈ ਨਾ ਉਹ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਅਤੇ ਬਾਣੀ ਦੇ ਉੱਪਰ ਰੱਖਣਾ। ਇਹ ਵਚਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਸੋ ਬਾਣੀ ਵਿੱਚ ਵੀ ਪਿਆਰਿਓ ਉਹਨਾਂ ਸਾਰਿਆਂ ਦੇ ਨਾਮ ਆਏ ਹੋਏ ਨੇ, ਇਸੇ ਕਰਕੇ ਆਪਾਂ ਇੱਕ ਪਿਆਰਿਓ ਲਿਸਟ ਤਿਆਰ ਕਰਕੇ ਅਤੇ ਹੁਣ ਉਹਨਾਂ ਦੇ ਨਾਵਾਂ ਦੇ ਵਿਚਾਰ ਕਰਦੇ ਪਏ ਹਾਂ, ਨਿਰੰਤਰ ਡੇਲੀ ਇੱਕ ਵੀਡੀਓ ਪਾ ਰਹੇ ਹਾਂ, ਇਸੇ ਕਰਕੇ ਹੀ ਕਿ ਸਾਨੂੰ ਪਤਾ ਲੱਗ ਜਾਏ ਕਿ ਗੁਰੂ ਮਹਾਰਾਜ ਨੇ ਉਹ ਕਿੰਨਾ ਕਿੰਨਾ ਦੀ ਗੱਲ ਕੀਤੀ। ਸਿਰਫ ਉਹਨਾਂ ਤੋਂ ਆਪਾਂ ਸਿੱਖਿਆ ਲੈ ਕੇ ਪ੍ਰੇਮ ਸਤਿਗੁਰੂ ਨੂੰ ਹੀ ਕਰਨਾ ਪਿਆਰਿਓ, ਪ੍ਰੇਮ ਗੁਰਬਾਣੀ ਨਾਲ ਹੀ ਕਰਨਾ।